ਹਾਂਜੀ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਪਾਠ ਨੰਬਰ 24 ਜਮਾਤ 6ਵੀਂ ਪੰਜਾਬੀ ਵੱਡੇ ਕੰਮ ਦੀ ਭਾਲ ਇਸ ਪਾਠ ਦੇ ਪ੍ਰਸ਼ਨ ਉੱਤਰ ਨੇ ਜੋ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਜੋ ਲਿੰਕ ਦਿੱਤਾ ਗਿਆ ਉਸ ਦੇ ਉੱਤੇ ਇੱਕ ਕਲਿੱਕ ਕਰਕੇ ਤੁਸੀਂ ਪੰਜਾਬੀ ਦੇ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਦੇਖ ਸਕਦੇ ਹੋ ਹੁਣ ਆਪਾਂ ਇਸ ਪਾਠ ਦੀ ਕਹਾਣੀ ਕਰਾਂਗੇ ਉਹ ਪਿੰਡ ਪਰੀ ਲੋਕ ਵਰਗਾ ਸੀ ਦਰਿਆ ਚਨਾਬ ਦੇ ਕੰਡੇ ਬੱッセ ਉਸ ਪਿੰਡ ਸੋਧਰਾ ਦੇ 100 ਦਰਵਾਜੇ ਸਨ 100 ਦਰਾਂ ਅਰਥਾਤ ਦਰਵਾਜਿਆਂ ਕਰਕੇ ਹੀ ਉਸ ਪਿੰਡ ਦਾ ਨਾਂ ਸੋਧਰਾ ਸੀ ਸੋਧਰਾ ਵਿੱਚ ਇੱਕ ਨੌ ਲੱਖਾ ਬਾਗ ਵੀ ਸੀ ਚਨਾਬ ਦਰਿਆ ਦਾ ਪਾਣੀ ਉਸ ਬਾਗ ਨੂੰ ਹਰਿਆ ਭਰਿਆ ਰੱਖਦਾ ਸੀ ਸੋਧਰਾ ਬਹੁਤ ਹੀ ਸੋਹਣਾ ਪਿੰਡ ਸੀ ਜਿਹੜਾ ਇੱਕ ਵਾਰੀ ਸੋਧਰਾ ਵਿੱਚ ਰਹਿਣ ਲੱਗ ਪੈਂਦਾ ਉਸ ਦਾ ਕਿਦਰੇ ਹੋਰ ਵੀ ਜਾਨ ਨੂੰ ਜੀ ਨਹੀਂ ਸੀ ਕਰਦਾ ਨਿੱਕਾ ਕਨਈਆ ਵੀ ਸੋਧਰਾ ਵਿੱਚ ਰਹਿੰਦਾ ਸੀ ਪਰ ਉਹ ਸੋਧਰਾ ਦੇ ਬਾਕੀ ਬਾਲਾ ਨਾਲੋਂ ਵੱਖਰਾ ਸੀ ਉਸ ਦਾ ਦਿਲ ਕਰਦਾ ਸੀ ਕਿ ਉਹ ਵੱਡਾ ਹੋ ਕੇ ਪਿੰਡ ਤੋਂ ਬਾਹਰ ਜਾਵੇ ਹੋਰ ਥਾਮਾ ਵੀ ਵੇਖੇ ਅਤੇ ਫਿਰ ਕੁਝ ਕਰਨ ਬਾਰੇ ਸੋਚੇ ਉਸ ਨੇ ਮਾਂ ਨੂੰ ਦੱਸਿਆ ਮਾਂ ਜਦੋਂ ਮੈਂ ਵੱਡਾ ਹੋ ਜਾਊਂਗਾ ਵੱਡਾ ਹੋ ਜੂੰ ਜੂੰਗਾ ਮੈਂ ਕਿਤੇ ਦੂਰ ਜਾ ਕੇ ਕੋਈ ਕੰਮ ਕਰੂੰਗਾ ਮਾਂ ਉਸ ਦੇ ਵੱਲ ਵੇਖ ਕੇ ਮੁਸਕਰਾਈ ਤੂੰ ਭਾਵੇਂ ਕਿਧਰੇ ਵੀ ਚੱਲਿਆ ਜਾਈਂ ਪਰ ਕੋਈ ਵੱਡਾ ਕੰਮ ਹੀ ਕਰੀਂ ਵੱਡਾ ਕੰਮ ਕਿਹੜਾ ਵੱਡਾ ਕੰਮ ਕਨਈਏ ਨੂੰ ਮਾਂ ਦੀ ਗੱਲ ਦੀ ਸਮਝ ਨਹੀਂ ਸੀ ਆਪਈ ਮਾਂ ਹੱਸੀ ਜਦੋਂ ਤੂੰ ਵੱਡਾ ਹੋ ਜਾਵੇਂਗਾ ਤਾਂ ਤੈਨੂੰ ਸਮਝ ਲੱਗ ਜਾਊ ਕਨਈਏ ਨੇ ਮਾਂ ਦੀ ਗੱਲ ਨੂੰ ਮਨ ਹੀ ਮਨ ਦੁਹਰਾਇਆ ਤੇ ਫਿਰ ਖੇਡਣ ਵਿੱਚ ਖੇਡਣ ਵਿੱਚ ਰੁੱਝ ਗਿਆ ਜਦੋਂ ਉਹ ਵੱਡਾ ਹੋਇਆ ਤਾਂ ਨਿੱਕੇ ਹੁੰਦਿਆਂ ਦੀਆਂ ਬਹੁਤ ਸਾਰੀਆਂ ਗੱਲਾਂ ਉਸ ਨੂੰ ਭੁੱਲ ਗਈਆਂ ਪਰ ਮਾਂ ਦੀ ਆਖੀ ਹੋਈ ਗੱਲ ਉਸ ਨੂੰ ਚੇਤੇ ਰਹੀ ਇੱਕ ਦਿਨ ਉਹ ਵੱਡੇ ਕੰਮ ਦੀ ਭਾਲ ਵਿੱਚ ਘਰੋਂ ਨਿਕਲ ਤੁਰਿਆ ਰਾਹ ਵਿੱਚ ਨਦੀਆਂ ਨਾਲੇ ਵੀ ਆਏ ਤੇ ਜੰਗਲ ਵੀ ਤੇ ਜੰਗਲ ਵੀ ਆਬਾਨ ਵੀ ਰਾਹ ਵਿੱਚ ਸ਼ਹਿਰ ਵੀ ਆਏ ਤੇ ਕੁਗਵਸ ਦੇ ਪਿੰਡ ਵੀ ਕਨਈਆ ਤੁਰ ਹੀ ਗਿਆ ਤੁਰ ਹੀ ਗਿਆ ਇੱਕ ਦਿਨ ਉਸ ਨੂੰ ਇੱਕ ਆਦਮੀ ਮਿਲਿਆ ਉਸ ਉਸ ਆਖਿਆ ਮੈਂ ਵੀ ਮੁਸਾਫਰ ਹਾਂ ਕੁਝ ਬਾਟਾਂ ਆਪਾਂ ਇਕੱਠੇ ਤੁਰ ਲੈਂਦੇ ਹਾਂ ਹਾਂ ਠੀਕ ਹੈ ਉਹ ਦੋਵੇਂ ਕੁਝਰ ਚੁੱਪਚਾਪ ਤੁਰੇ ਤੇ ਫਿਰ ਗੱਲੀਆਂ ਰੁੱਝ ਗਏ ਉਸ ਮੁਸਾਫਿਰ ਨੇ ਪੁੱਛਿਆ ਤੂੰ ਕਿੱਥੇ ਜਾਣਾ ਹੈ ਪਤਾ ਨਹੀਂ ਮੁਸਾਫਰ ਹੱਸਿਆ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਕਿਸੇ ਰਾਹੀ ਨੂੰ ਇਹ ਪਤਾ ਹੀ ਨਾ ਹੋਵੇ ਕਿ ਉਸਨੇ ਕਿੱਥੇ ਜਾਣਾ ਹੈ ਤੇ ਫਿਰ ਵੀ ਤੁਰਿਆ ਜਾਵੇ ਮੈਨੂੰ ਬਸ ਇਨਾਂ ਨੂੰ ਪਤਾ ਹੈ ਕਿ ਮੈਂ ਕੋਈ ਵੱਡਾ ਕੰਮ ਕਰਨਾ ਹੈ ਕਨਈਏ ਨੇ ਪੂਰੀ ਗੰਭੀਰਤਾ ਨਾਲ ਜਵਾਬ ਦਿੱਤਾ ਇਸ ਤੋਂ ਵੱਧ ਮੈਨੂੰ ਬਿਲਕੁਲ ਵੀ ਨਹੀਂ ਪਤਾ ਕਿ ਉਹ ਕੰਮ ਕਿਹੜਾ ਏ ਤੇ ਕਿੱਥੇ ਮਿਲੂ ਕਨਈਏ ਦੀ ਸਾਦਗੀ ਤੇ ਨਿਰਸ਼ਲਤਾ ਨੇ ਮੁਸਾਫਿਰ ਨੂੰ ਮੋਹ ਲਿਆ ਉਸ ਆਖਿਆ ਤੈਨੂੰ ਮੇਰੇ ਗੁਰੂ ਕੋਲ ਜਾਣਾ ਚਾਹੀਦਾ ਏ ਤੇਰੇ ਗੁਰੂ ਕੋਲ ਹਾਂ ਕਿੱਥੇ ਅਨੰਦਪੁਰ ਸਾਹਿਬ ਉਹ ਆਦਮੀ ਕਨਈਏ ਨੂੰ ਉੱਥੇ ਪਹੁੰਚਣ ਦਾ ਰਾਹ ਸਮਝਾਉਣ ਲੱਗ ਪਿਆ ਉਹ ਦੋਵੇਂ ਜਿੰਨਾ ਕੁ ਪੈਡਾ ਇਕੱਠੇ ਤੁਰੇ ਉਨਨੇ ਚਿਰ ਵਿੱਚ ਹੀ ਮੁਸਾਫਿਰ ਤੇ ਕਨਈਏ ਨੂੰ ਗੁਰੂ ਤੇ ਇੱਕ ਬਹਾਦਰ ਅਤੇ ਉਹਨਾਂ ਦੇ ਸਹਬਜ਼ਾਦੇ ਗੋਵਿੰਦ ਰਾਏ ਬਾਰੇ ਭਰਪੂਰ ਜਾਣਕਾਰੀ ਦੇ ਦਿੱਤੀ ਕਨਈਏ ਅਨੰਦਪੁਰ ਸਾਹਿਬ ਪਹੁੰਚ ਕਨਈਆ ਅਨੰਦਪੁਰ ਸਾਹਿਬ ਪਹੁੰਚ ਗਿਆ ਮਾਹੌਲ ਮਾਹੌਲ ਦੀ ਪਵਿੱਤਰਤਾ ਸੁੰਦਰਤਾ ਤੇ ਸੱਚੇ ਸੁੱਚੇ ਬਚਨਾਂ ਤੋਂ ਉਸ ਨੂੰ ਅਨੁਭਵ ਹੋਇਆ ਕਿ ਉਹ ਇਸੇ ਥਾਂ ਦੀ ਪਾਲ ਵਿੱਚ ਸੀ ਉਸਨੇ ਇੱਥੇ ਰਹਿਣ ਦਾ ਮਨ ਬਣਾ ਲਿਆ ਕਨਈਏ ਵਿੱਚ ਮਨੁੱਖੀ ਸੇਵਾ ਦੀ ਪਾਵਨਾ ਕੁੱਟਕੁੱਟ ਕੇ ਭਰੀ ਹੋਈ ਸੀ ਇੱਥੇ ਆ ਕੇ ਉਸ ਨੂੰ ਮਨੁੱਖ ਦੇ ਇਸ ਗੁਣ ਦੀ ਉਤਮਤਾ ਦੀ ਸਮਝ ਪਈ ਸੀ ਉਸ ਨੇ ਗੁਰੂ ਦੇ ਲੰਗਰ ਵਿੱਚ ਪਾਣੀ ਦੀ ਸੇਵਾ ਦਾ ਕੰਮ ਸੰਭਾਲ ਲਿਆ ਉੱਥੇ ਹੀ ਉਸ ਨੂੰ ਕਨਈਏ ਤੋਂ ਭਾਈ ਕਨਈਆ ਹੋਣ ਦਾ ਆਦਰ ਮਿਲਿਆ ਸੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਪਿਛੋਂ ਗੁਰੂ ਗੋਬਿੰਦ ਰਾਏ ਜੀ ਨੇ ਗੁਰਗੱਦੀ ਸੰਭਾਲੀ ਗੁਰੂ ਗੋਬਿੰਦ ਰਾਏ ਜੀ ਦਾ ਜਸ ਸਾਰੇ ਪਾਸੇ ਫੈਲ ਰਿਹਾ ਸੀ ਪਹਾੜੀ ਰਾਜੇ ਗੁਰੂ ਜੀ ਦੀ ਮਹਿਮਾ ਤੋਂ ਔਖੇ ਸਨ ਅਤੇ ਮਨ ਹੀ ਮਨ ਵਿੱਚ ਅਤੇ ਮਨ ਹੀ ਮਨ ਉਹਨਾਂ ਨਾਲ ਖਾਰ ਖਾਂਦੇ ਸਨ ਪਹਾੜੀ ਰਾਜਾ ਨੇ 400 ਪਠਾਣਾ ਨੂੰ ਨਾਲ ਰਲਾਇਆ ਅਤੇ ਇਕੱਠੇ ਹੋ ਕੇ ਹੱਲਾ ਬੋਲ ਦਿੱਤਾ ਦੋਹਾਂ ਧਿਰਾਂ ਵਿੱਚ ਕਸਮਾਨ ਦੀ ਲੜਾਈ ਛਿੜਪਈ ਪੰਗਾਣੀ ਦੇ ਉਸ ਜੁਦ ਵਿੱਚ ਭਾਈ ਕਨਈਏ ਨੇ ਲੋੜਵੰਦਾ ਨੂੰ ਪਾਣੀ ਪਿਉਣ ਦੀ ਸੇਵਾ ਦਾ ਕੰਮ ਸੰਭਾਲ ਲਿਆ ਲੋੜਵੰਦਾਂ ਦੀ ਪਛਾਣ ਬਣਾਈ ਰੱਖਣ ਖਾਤਰ ਪਾਈ ਕਨਈਏ ਨੇ ਚਿੱਟੇ ਕੱਪੜੇ ਪਾ ਲਈ ਉਸਨੇ ਮੋਢੇ ਨਾਲ ਪਾਣੀ ਦੀ ਭਰੀ ਹੋਈ ਮਸ਼ਕ ਲਟਕਾ ਲਈ ਅਤੇ ਚਿੱਟਾ ਝੰਡਾ ਹੱਥ ਵਿੱਚ ਫੜ ਲਿਆ ਕਈ ਵਾਰ ਥੱਕੇ ਹਾਰੇ ਅਤੇ ਤਿਹੇ ਦੇ ਮਾਰੇ ਹੋਏ ਸਿਪਾਹੀ ਪਾਈ ਕਨਈਏ ਕੋਲ ਪਹੁੰਚ ਕੇ ਪਾਣੀ ਮੰਗਦੇ ਬਿਨਾਂ ਕਿਸੇ ਬਿਤ ਕਰੇ ਤੋਂ ਉਹਨਾਂ ਨੂੰ ਪਾਣੀ ਉਹਨਾਂ ਨੂੰ ਪੀਣ ਲਈ ਠੰਡਾ ਪਾਣੀ ਮਿਲਦਾ ਉਹ ਤਾਜ਼ਾ ਦਮ ਹੋ ਕੇ ਮੁੜ ਲੜਾਈ ਵਿੱਚ ਕੁੱਦ ਪੈਂਦੇ ਹੌਲੀ ਹੌਲੀ ਲੜਾਈ ਮਗਦੀ ਗਈ ਲੜਾਈ ਦੇ ਮੈਦਾਨ ਵਿੱਚ ਦੂਰ ਤੱਕ ਲਾਸ਼ਾਂ ਖਿਲਰ ਰੀਆਂ ਹੋਈਆਂ ਵਿਖਾਈ ਦੇਣ ਲੱਗ ਪਈਆਂ ਜ਼ਖਮੀਆਂ ਦੀ ਪੁਕਾਰ ਅਤੇ ਜੰਗੀ ਹਥਿਆਰਾਂ ਦੀਆਂ ਆਵਾਜ਼ਾਂ ਨੇ ਕੰਨ ਬੋਲੇ ਕਰ ਦਿੱਤੇ ਸਨ ਉਸ ਵੇਲੇ ਪਾਈ ਕਨਈਏ ਨੇ ਖੁਦ ਜ਼ਖਮੀਆਂ ਤੱਕ ਪਹੁੰਚ ਕੇ ਪਾਣੀ ਪਿਉਣ ਦੀ ਲੋੜ ਨੂੰ ਮਹਿਸੂਸ ਕੀਤਾ ਪਾਣੀ ਦੀ ਪਰਹੀ ਹੋਈ ਮਸ਼ਕ ਚੁੱਕੀ ਉਹ ਜ਼ਖਮੀਆਂ ਨੂੰ ਲੱਭ ਲੱਭ ਕੇ ਪਾਣੀ ਪਿਉਣ ਲੱਗ ਪਿਆ ਅਚਾਨਕ ਉਸਨੇ ਮੱਦਮ ਜਿਹੀ ਆਵਾਜ਼ ਸੁਣੀ ਪਾਣੀ ਹਾਏ ਪਾਣੀ ਪਾਈ ਕਨਈਆ ਖਲੋ ਗਿਆ ਉਸਨੇ ਪਿੱਛੇ ਮੁੜ ਕੇ ਵੇਖਿਆ ਜਿਸ ਸਿਪਾਹੀ ਨੂੰ ਮਰਦਾ ਸਮਝ ਕੇ ਉਹ ਅਗਾਹਾਂ ਲੰਘ ਆਇਆ ਸੀ ਉਸ ਸਿਪਾਹੀ ਵਿੱਚ ਹਲੇ ਸਾਹ ਬਾਕੀ ਸਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਸੀ ਉਸਦੇ ਫੱਟਾਂ ਵਿੱਚੋਂ ਲਹੂ ਵਗ ਰਿਹਾ ਸੀ ਪਾਈ ਕਨਈਏ ਨੇ ਪਹਿਲੋਂ ਉਸਨੂੰ ਪਾਣੀ ਪਿਆਇਆ ਤੇ ਫਿਰ ਕੋਲ ਬਹਿ ਕੇ ਉਸਦੇ ਜ਼ਖਮ ਸਾਫ਼ ਕੀਤੇ ਆਪਣਾ ਕਮਰਬੰਦ ਖੋਲ ਕੇ ਉਸਨੂੰ ਪਾੜਿਆ ਅਤੇ ਉਸ ਸਿਪਾਹੀ ਦੇ ਜ਼ਖਮਾਂ ਉੱਤੇ ਪੱਟੀਆਂ ਬੰਨ੍ਹ ਦਿੱਤੀਆਂ ਅੱਲਾ ਖੈਰ ਕਰੇ ਜ਼ਖਮੀ ਸਿਪਾਹੀ ਨੇ ਕੁਝ ਆਰਾਮ ਮਹਿਸੂਸ ਕਰਦਿਆਂ ਅੱਖਾਂ ਬੰਦ ਕਰ ਲਈਆਂ ਮਸਕਨ ਸੰਭਾਲਦਿਆਂ ਮਸ਼ਕ ਸੰਭਾਲਦਿਆਂ ਪਾਈ ਕਨਈਆ ਉੱਥੋਂ ਉੱਠਿਆ ਅਤੇ ਹੋਰ ਜ਼ਖਮੀਆਂ ਨੂੰ ਪਾਣੀ ਪਿਉਉਣ ਲਈ ਅਗਾਹਾਂ ਤੁਰ ਪਿਆ ਗੁਰੂ ਗੋਬਿੰਦ ਸਿੰਘ ਜੀ ਕੋਲ ਪਾਈ ਕਨਈਏ ਦੀਆਂ ਕੁਝ ਦੀਆਂ ਸ਼ਿਕਾਇਤਾਂ ਪਹੁੰਚੀਆਂ ਸ਼ਿਕਾਇਤਾਂ ਇਹ ਸਨ ਕਿ ਉਹ ਦੁਸ਼ਮਣ ਦੇ ਸਿਪਾਹੀਆਂ ਨੂੰ ਵੀ ਪਾਣੀ ਪਿਉਂਦਾ ਸੀ ਇੱਕ ਸਿੱਖ ਨੇ ਤਾਂ ਇੱਥੋਂ ਤੱਕ ਵੀ ਦੱਸਿਆ ਕਿ ਉਹ ਦੁਸ਼ਮਣ ਸਿਪਾਹੀਆਂ ਦੇ ਜ਼ਖਮਾਂ ਉੱਤੇ ਪੱਟੀਆਂ ਵੀ ਬੰਨ੍ਹ ਦਿੰਦਾ ਸੀ ਸ਼ਿਕਾਇਤਾਂ ਸੁਣ ਕੇ ਗੁਰੂ ਜੀ ਦੇ ਬੁੱਲਾਂ ਉੱਤੇ ਨਿਮੀ ਨਿਮੀ ਮੁਸਕਰਾਟ ਖੇੜਦੀ ਰਹੀ ਸ਼ਿਕਾਇਤਾਂ ਸੁਣਨ ਤੋਂ ਪਿੱਛੋਂ ਉਹਨਾਂ ਦਾ ਜਵਾਬ ਉਹਨਾਂ ਜਵਾਬ ਲਈ ਪਾਈ ਕਨਈਆ ਵੱਲ ਵੇਖਿਆ ਪਾਈ ਕਨਈਆ ਨੇ ਦੋਵੇਂ ਹੱਥ ਜੋੜ ਕੇ ਨਿਮਰਤਾ ਨਾਲ ਉੱਤਰ ਦਿੱਤਾ ਸੱਚੇ ਪਾਤਸ਼ਾਹ ਮੈਂ ਜਿਸ ਜਿਸ ਨੂੰ ਵੀ ਪਾਣੀ ਪਿਆ ਹੈ ਉਹਨਾਂ ਵਿੱਚੋਂ ਮੈਨੂੰ ਕੋਈ ਵੀ ਦੁਸ਼ਮਣ ਵਿਖਾਈ ਨਹੀਂ ਦਿੱਤਾ ਉਹ ਸਭ ਰੱਬ ਦੇ ਬੰਦੇ ਸਨ ਅਤੇ ਲੋੜਵੰਦ ਸਨ ਤੁਸੀਂ ਹੀ ਆਖਿਆ ਸੀ ਕਿ ਮੈਂ ਲੜਾਈ ਵਿੱਚ ਲੋੜਵੰਦਾਂ ਨੂੰ ਪਾਣੀ ਪਿਆਮਾ ਮੈਨੂੰ ਤਾਂ ਸਗੋਂ ਨਾ ਵਿੱਚ ਤੋਂ ਹਰ ਢਾਕ ਸਹੀ ਦਿਸਦਾ ਰਿਹਾ ਹੈ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖ ਅੰਦਰ ਜਿਹੜੇ ਗੁਣ ਵੇਖਣਾ ਚਾਹੁੰਦੇ ਸਨ ਉਹਨਾਂ ਨੂੰ ਉਹਨਾਂ ਗੁਣਾਂ ਨੂੰ ਪਾਈ ਕਨਈਏ ਨੇ ਆਪਣੇ ਅੰਦਰ ਸਮੋਲ ਲਿਆ ਸੀ ਗੁਰੂ ਜੀ ਬਹੁਤ ਪ੍ਰਸੰਨ ਹੋਏ ਉਹਨਾਂ ਪਾਈ ਕਨਈਏ ਨੂੰ ਜ਼ਖਮੀਆਂ ਦੀ ਮਲਮ ਪੱਟੀ ਕਰਨ ਦਾ ਵੀ ਕੰਮ ਸੌਪ ਦਿੱਤਾ ਪਾਈ ਕਨਈਏ ਜੀ ਨੇ ਗੁਰੂ ਜੀ ਦੀ ਆਗਿਆ ਅਨੁਸਾਰ ਸੇਵਾ ਭਾਵ ਵਾਲੇ ਸਿੱਖਾਂ ਦਾ ਇੱਕ ਜਥਾ ਤਿਆਰ ਕੀਤਾ ਉਹ ਸਾਰੇ ਪੂਰੇ ਮਨ ਨਾਲ ਜ਼ਖਮੀਆਂ ਤੇ ਪਿਆਸਿਆਂ ਦੀ ਸੇਵਾ ਕਰਨ ਲੱਗ ਪਏ ਭਾਈ ਕਨਈ ਜੀ ਲਈ ਨਾ ਕੋਈ ਬੈਰੀ ਸੀ ਤੇ ਨਾ ਕੋਈ ਬਕਾਨਾ ਜਿਉਣ ਦੇ ਜਿਸ ਮੰਤਵ ਦੀਪਾਲ ਵਿੱਚ ਉਹ ਘਰੋ ਤੁਰਿਆ ਸੀ ਉਹ ਵੱਡਾ ਕੰਮ ਉਸ ਨੂੰ ਆਪਣੇ ਗੁਰੂ ਕੋਲ ਲੱਭ ਗਿਆ ਸੀ ਤਾਂ ਇਹ ਪਾਠ ਹੈ ਜਿਹੜਾ ਪੂਰਾ ਹੋ ਚੁੱਕਿਆ ਹੈ ਇਸ ਪਾਠ ਦੇ ਪ੍ਰਸ਼ਨ ਉੱਤਰ ਤੁਸੀਂ ਡਿਸਕ੍ਰਿਪਸ਼ਨ ਦੇ ਦਿੱਤੇ ਹੋਏ ਲਿੰਕ ਤੋਂ ਕਲਿੱਕ ਕਰਕੇ ਪ੍ਰਸ਼ਨ ਉੱਤਰ ਨੋਟ ਕਰ ਸਕਦੇ ਹੋ ਅਤੇ ਉਹਨਾਂ ਨੂੰ ਸੁਣ ਸਕਦੇ ਹੋ ਧੰਨਵਾਦ